ਵੀਰ ਜੀ, ਮੈਨੂੰ ਲੱਗਦਾ ਵਾ ਤਾਂ ਵੀਰ ਜੀ ਨਹੀਂ ਮੈਂ ਸੁਣਾ। ਚਲੋ ਵੀਰ ਜੀ, ਮੈਨੂੰ ਲੱਗਦਾ ਵਾ ਤਾਈ ਜੀ ਹੁਣਾਂ ਨੇ ਨਾ ਗੁੱਸਾ ਕਰ ਲਿਆ ਵੇਲਾ। ਚਲੋ ਯਾਰ ਵੀਰ ਜੀ, ਉਹ ਤਾਂ ਤਾਈ ਨਹੀਂ ਆਏ ਮੁੜ ਕੇ। ਨਾ ਨਾ ਵੀਰ ਜੀ, ਮੈਨੂੰ ਲੱਗਦਾ ਉਹਨਾਂ ਨੇ ਗੁੱਸਾ ਕਰ ਲਿਆ ਵਾ। ਬੰਦਾ ਪੁੱਛੇ ਲਾਉਣਾ ਉਹਨਾਂ ਨੇ, ਘਰ ਉਹਨਾਂ ਬਣਾਉਣਾ, ਤੈਨੂੰ ਕਾਹਦਾ ਫਿਕਰ ਪਿਆ ਵਾ। ਤੂੰ ਇਹ ਬੁੱਧੂ ਜਿਹਾ ਜੰਮ ਕੇ ਉਹ ਮਾਰਿਆ ਰਮਨ, ਇਹਨੂੰ ਸਾਰੀ ਉਮਰ ਅਗਲਾ ਆਊਗੀ। ਬਾਹਰ ਮੁੰਡਿਆਂ ਨਾਲ ਫਿਰਦਾ ਤੁਰਦਾ ਵਾ, ਬਾਹਰ ਜਨਮ ਦਿਨ ਤੇ ਤੁਰਿਆ ਲੈਂਦਾ ਮੁੰਡਿਆਂ ਦੇ। ਅਕਲ ਨਹੀਂ ਇਹਨੂੰ ਆਉਣੀ, ਇਹਨੇ ਇੱਦਾਂ ਹੀ ਰਹਿਣਾ ਵਾ। ਅਗਰ ਚ ਪਾਤਾ, ਮੈਂ ਤਾਂ ਸੋਚਿਆ ਵੀ ਬਾਹਰ ਫਿਰਦਾ ਤੁਰਦਾ ਮੁੰਡਿਆਂ ਦੇ ਨਾਲ, ਇਹਨੂੰ ਅਗਲ ਹੋਣੀ ਆ ਮਾੜੀ ਮੋਟੀ, ਇਹ ਤਾਂ ਬਿਲਕੁਲ ਨਰੈਸ਼ ਦਵਾਈ। ਮੈਨੂੰ ਤਾਂ ਇਹ ਸੀ ਵੀ ਬਾਹਰ ਮੁੰਡਿਆਂ ਨਾਲ ਫਿਰਦਾ ਤੁਰਦਾ ਵਾ, ਇਹਨੂੰ ਅਕਲ ਹੋਣੀ ਆ। ਲੱਗ ਜਾ ਮੈਨੂੰ ਕੀ ਵੀ, ਮੇਰੀ ਸੁਣ ਗੱਲ ਹੁਣ ਵੇ ਕਿੱਦਾਂ ਗੁੱਸੇ 'ਚ ਆਉਣ ਡੇ, ਉਦੋਂ ਪੈ ਦਿੰਦੇ ਅਤੇ ਆਹ ਕੰਮ ਨਾ ਕਰਦਾ ਮੈਂ। ਹੁਣ ਵੇ ਕਿੱਦਾਂ ਗੁੱਸੇ 'ਚ ਆਉਣ ਡੇ, ਉਦੋਂ ਪੈਸੇ ਦੇ ਦਿੰਦੇ ਤੇ ਮੈਂ ਆਹ ਕੰਮ ਨਾ ਕਰਦਾ। ਤੈਨੂੰ ਅਕਲ ਹੈਗੀ ਵੀ ਆ ਕਿ ਨਹੀਂ ਹੈਗੀ? ਕੀ ਹੋਇਆ ਵਾ, ਤੈਨੂੰ ਨਹੀਂ ਪਤਾ ਕੀ ਹੋਇਆ ਵਾ? ਦੱਸੋ ਲਵਲੀ ਕਰਕੇ ਕੀ ਕਹਿ ਕੇ ਆ? ਕੀ ਨਹੀਂ 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 ਹੁਣ ਵੇ ਲਵਲੀ ਕੇ ਘਰ ਜਾ ਕੇ ਕੀ ਸਲਾਮਾਂ ਦੇ ਕੇ ਆਇਆ ਉਹਨਾਂ ਨੂੰ? ਉਹ ਕੱਪੜੇ ਲੈਣ ਜਾਣਾ ਸੀ ਮੈਂ। ਕੱਪੜੇ? ਤੇਰੇ ਤਾਂ ਕੱਪੜੇ ਨਹੀਂ ਪੂਰੇ ਹੁੰਦੇ, ਖੁਰੇ ਕਿੰਨੇ ਕੁ ਕੱਪੜੇ ਤੈਨੂੰ ਚਾਹੀਦੇ ਆ? ਲੈ ਅੱਗੇ ਜਿੰਨੇ ਕੁ ਮੈਂ ਪੈਸੇ ਦਿੰਦੀ ਹਾਂ ਨਾ, ਹੁਣ ਮੈਂ ਉਹ ਵੀ ਨਹੀਂ ਦਿਆ ਕਰਨੇ ਤੈਨੂੰ। ਪੈਸੇ ਦੇ ਕੇ ਤਾਂ ਤੇਰੇ ਪਿਓ ਕੋ ਮੈਂ ਝਿੜਕਾਂ ਖਾਨੀ ਹਾਂ। ਤਾਂ ਤੂੰ ਮੇਰੇ ਕੋ ਮੰਗਿਆ ਕਰ, ਆਪਣੀ ਮਾਂ ਨੂੰ ਨਹੀਂ ਕਹਿਣਾ ਮੈਨੂੰ ਪੈਸੇ ਦੇ। ਠੀਕ ਹੈ ਡੈਡੀ, ਕੋਈ ਗੱਲ ਨਹੀਂ, ਠੀਕ ਹੈ ਨਾ? ਆ ਜਾ ਭੱਜ ਜਾ ਹੁਣ। 1 2 3 ਇਹ ਉਹ ਬੱਚੀਆਂ ਹੁੰਦੀਆਂ ਨਾ, ਇਹਨਾਂ ਦਾ ਸਾਰਾ ਦੁੱਧ ਇਹਨਾਂ ਨੂੰ ਪਿਆਉਣਾ। ਜਾ ਮੇਰਾ ਪੁੱਤ ਨਾ ਤਿਆਰ ਹੋ ਜਾ, ਤੇ ਜੇ ਜਾਣ ਲੱਗੇਗਾ ਨਾ ਤੇ ਮੇਰੇ ਕੋਲ ਪੈਸੇ ਲੈ ਜੀ। ਰਮਨ ਤੂੰ ਮੇਰੀਆਂ ਗੱਲਾਂ ਸਮਝਦੀ ਨਹੀਂ ਆ, ਜੇ 5-7 ਹਜ਼ਾਰ ਲਾ ਕੇ ਇਹ ਗਲੋਂ ਲੱਥ ਜੂਗਾ। ਤੂੰ ਮੇਰੀ ਗੱਲ ਸਮਝਦੀ ਨਹੀਂ ਆ, ਜੇ 5-10 ਹਜ਼ਾਰ ਰੁਪਇਆ ਲਾ ਕੇ ਕੰਮ ਬਣ ਜੇ ਤਾਂ ਉਹ ਤਾਂ ਤੈਨੂੰ ਨਹੀਂ ਪਤਾ ਵੀ ਲੱਖਾਂ ਰੁਪਈਆਂ ਦੀ ਜਾਇਦਾਦ ਬਣਾਉਣ ਡੇ ਅਸੀਂ, ਵੀ ਜੇ ਜਾਣਾ ਤਾਂ ਟਾਈਮ ਨਾਲ ਘਰ ਆਉਣਾ ਵਾਪਸ। ਚਲੋ ਠੀਕ ਆ, ਚੰਗਾ ਮੈਂ ਵੀ ਜਾਵਾਂ ਘਰ। ਹਾਂ ਚੱਲ, ਇਹਨੂੰ ਤਾਂ ਤੁਸੀਂ ਕਹਿਤਾ ਵੀ ਪੈਸੇ ਲੱਲਾ ਤੇ ਸ਼ਹਿਰ ਚੱਲ ਜਾ, ਇਹ ਸੋਚੋ ਵੀ ਲਵਲੀ ਹੁਣਾਂ ਨੂੰ ਆਪਣੀਆਂ ਗੱਲਾਂ 'ਚ ਕਿੱਦਾਂ ਲਿਆਉਣਾ ਵਾ, ਉਹ ਤਾਂ ਹੁਣ ਮੁੱਕਰ ਗਿਆ ਪੈਸੇ ਲੈਣ ਤੋਂ। ਰਮਨ ਇਹ ਗੱਲ ਤੂੰ ਮੇਰੇ 'ਤੇ ਛੱਡ ਦੇ, ਮੈਂ ਆਪਣੀਆਂ ਗੱਲਾਂ 'ਚ ਲੈ ਆਉਣਾ ਉਹਨਾਂ ਨੂੰ। ਆਹ ਵਧੀਆ ਹੋਇਆ ਜੀ, ਹੁਣ ਵੇਲਾ ਕਿੱਦਾਂ ਡਰ ਗਏ ਡੈਡੀ ਹੋਣੀ। ਹਾਂਜੀ ਡੈਡੀ ਆਹ ਵੇਖ ਲਾ, ਹੁਣ ਡੈਡੀ ਹੋਣੀ ਕਾਬੂ ਆਏ ਜੀ, ਪਹਿਲਾਂ ਕਿੱਥੇ ਮੰਨਦੇ ਸੀ, ਹੁਣ ਦੇਣ ਲੱਗੇ। ਆਹ ਵਧੀਆ ਹੋਇਆ, ਹੁਣ ਡੈਡੀ ਹੋਣੀ ਕਾਬੂ ਆਏ ਜੀ, ਉੱਦਾਂ ਕਿੱਥੇ ਮੰਨਣਾ ਇਹਨਾਂ ਨੇ, ਪੈਸੇ ਦੇਣੇ ਨਹੀਂ ਉੱਦਾਂ ਇਹਨਾਂ ਨੇ, ਇੰਨਾ ਕੁ ਡਰ ਪਾ ਕੇ ਰੱਖਿਆ ਨਾ ਤਾਂ ਵਧੀਆ ਹੋ ਗਿਆ, ਉੱਦਾਂ ਇਹਨਾਂ ਮੰਨਣਾ ਨਹੀਂ ਕਰਨਾ ਮੈਨੂੰ। ਚੱਲ ਕੋਈ ਗੱਲ ਨਹੀਂ, ਪ੍ਰੋਗਰਾਮ ਸੁਣ ਲਿਆ ਮੰਮਾ। ਆਹ ਵਧੀਆ ਹੋ ਗਿਆ,
ਹੁਣ ਆਏ ਡੈਡੀ ਹੁਣੀ ਕਾਬੂ, ਅੱਗੇ ਤੋਂ ਨਹੀਂ ਕਰਦਾ ਮੈਂ, ਦੋ ਪੈਸੇ ਮੈਂ ਤੇ ਜਾਵਾਂ। ਚੱਲ ਮੈਂ ਆਉਂਦਾ ਵਾਂ, ਗੱਡੀ ਕੀਤੀ ਸਟਾਰਟ? ਹਾਂਜੀ ਹਾਂਜੀ ਕੀਤੀ। ਹਾਂ ਚੱਲ ਮੈਂ ਆਉਂਦਾ ਫਿਰ। ਵੀਰ ਜੀ ਮੈਨੂੰ ਲੱਗਦਾ ਵਾ, ਚਲੋ ਵੀਰ ਜੀ ਮੈਨੂੰ ਲੱਗਦਾ ਵਾ ਤਾਈ ਜੀ ਹੁਣਾਂ ਨੇ ਨਾ ਗੁੱਸਾ ਕਰ ਲਿਆ ਵੇਲਾ। ਚਲੋ ਯਾਰ ਵੀਰ ਜੀ ਉਹ ਤਾਂ ਤਾਏ ਨਹੀਂ ਆਏ ਮੁੜ ਕੇ। ਨਾ ਨਾ ਵੀਰ ਜੀ ਮੈਨੂੰ ਲੱਗਦਾ ਉਹਨਾਂ ਨੇ ਗੁੱਸਾ ਕਰ ਲਿਆ ਵਾ। ਬੰਦਾ ਪੁੱਛੇ ਲਾਉਣਾ ਉਹਨਾਂ ਨੇ, ਘਰ ਉਹਨਾਂ ਬਣਾਉਣਾ, ਤੈਨੂੰ ਕਾਹਦਾ ਫਿਕਰ ਪਿਆ ਵਾ। ਤੂੰ ਇਹ ਬੁੱਧੂ ਜਿਹਾ ਜੰਮ ਕੇ ਉਹ ਮਾਰਿਆ ਰਮਨ, ਇਹਨੂੰ ਸਾਰੀ ਉਮਰ ਰੱਖ ਲੈਣਾ ਹੋਊਗੀ, ਬਾਹਰ ਮੁੰਡਿਆਂ ਨਾਲ ਫਿਰਦਾ ਤੁਰਦਾ ਵਾ, ਬਾਹਰ ਜਨਮ ਦਿਨ 'ਤੇ ਤੁਰਿਆ ਲੈਂਦਾ ਮੁੰਡਿਆਂ ਦੇ। ਅਕਲ ਨਹੀਂ ਇਹਨੂੰ ਆਉਣੀ, ਇਹਨੇ ਇੱਦਾਂ ਹੀ ਰਹਿਣਾ ਵਾ। ਅਗਰ 'ਚ ਪਾਤਾ, ਮੈਂ ਤਾਂ ਸੋਚਿਆ ਵੀ ਬਾਹਰ ਫਿਰਦਾ ਤੁਰਦਾ ਮੁੰਡਿਆਂ ਦੇ ਨਾਲ, ਇਹਨੂੰ ਅਕਲ ਹੋਣੀ ਆ ਮਾੜੀ ਮੋਟੀ, ਇਹ ਤਾਂ ਬਿਲਕੁਲ ਨਰੈਸ਼ ਦਵਾਈ। ਉਹ ਮੈਨੂੰ ਤਾਂ ਇਹ ਸੀ ਵੀ ਬਾਹਰ ਮੁੰਡਿਆਂ ਨਾਲ ਫਿਰਦਾ ਤੁਰਦਾ ਵਾ, ਇਹਨੂੰ ਅਕਲ ਹੋਣੀ ਆ। ਲੱਗ ਜਾ ਮੈਨੂੰ ਕੀ ਵੀ, ਮੇਰੀ ਸੁਣ ਗੱਲ, ਹੁਣ ਵੇ ਕਿੱਦਾਂ ਗੁੱਸੇ 'ਚ ਆਉਣ ਡੇ, ਉਦੋਂ ਪੈ ਦਿੰਦੇ ਅਤੇ ਆਹ ਕੰਮ ਨਾ ਕਰਦਾ ਮੈਂ। ਹੁਣ ਵੇ ਕਿੱਦਾਂ ਗੁੱਸੇ 'ਚ ਆਉਣ ਡੇ, ਉਦੋਂ ਪੈਸੇ ਦੇ ਦਿੰਦੇ ਤੇ ਮੈਂ ਆਹ ਕੰਮ ਨਾ ਕਰਦਾ। ਤੈਨੂੰ ਅਕਲ ਹੈਗੀ ਵੀ ਆ ਕਿ ਨਹੀਂ ਹੈਗੀ? ਕੀ ਹੋਇਆ ਵਾ? ਤੈਨੂੰ ਨਹੀਂ ਪਤਾ ਕੀ ਹੋਇਆ ਵਾ? ਦੱਸੋ ਲਵਲੀ ਕਰਕੇ ਕੀ ਕਹਿ ਕੇ ਆ? ਕੀ ਨਹੀਂ 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 ਹੁਣ ਵੇ ਲਵਲੀ ਕੇ ਘਰ ਜਾ ਕੇ ਕੀ ਸਲਾਮਾਂ ਦੇ ਕੇ ਆਇਆ ਉਹਨਾਂ ਨੂੰ? ਉਹ ਕੱਪੜੇ ਲੈਣ ਜਾਣਾ ਸੀ ਮੈਂ। ਕੱਪੜੇ? ਤੇਰੇ ਤਾਂ ਕੱਪੜੇ ਹੀ ਨਹੀਂ ਪੂਰੇ ਹੁੰਦੇ, ਖੁਰੇ ਕਿੰਨੇ ਕੁ ਕੱਪੜੇ ਤੈਨੂੰ ਚਾਹੀਦੇ ਆ? ਲੈ ਅੱਗੇ ਜਿੰਨੇ ਕੁ ਮੈਂ ਪੈਸੇ ਦਿੰਦੀ ਹਾਂ ਨਾ, ਹੁਣ ਮੈਂ ਉਹ ਵੀ ਨਹੀਂ ਦਿਆ ਕਰਨੇ ਤੈਨੂੰ। ਪੈਸੇ ਦੇ ਕੇ ਤਾਂ ਤੇਰੇ ਪਿਓ ਕੋ ਮੈਂ ਝਿੜਕਾਂ ਖਾਨੀ ਹਾਂ। ਤਾਂ ਤੂੰ ਮੇਰੇ ਕੋ ਮੰਗਿਆ ਕਰ, ਆਪਣੀ ਮਾਂ ਨੂੰ ਨਹੀਂ ਕਹਿਣਾ ਮੈਨੂੰ ਪੈਸੇ ਦੇ। ਠੀਕ ਹੈ ਡੈਡੀ, ਕੋਈ ਗੱਲ ਨਹੀਂ। ਠੀਕ ਹੈ ਨਾ, ਆ ਜਾ ਭੱਜਾ ਹੁਣ। 1 2 3 4 ਇਹ ਉਹ ਬੱਚੀਆਂ ਹੁੰਦੀਆਂ ਨਾ, ਇਹਨਾਂ ਦਾ ਸਾਰਾ ਦੁੱਧ ਇਹਨਾਂ ਨੂੰ ਪਿਆਉਣਾ। ਮੇਰਾ ਪੁੱਤ ਤਿਆਰ ਹੋ, ਤਿਆਰ ਹੋ ਕੇ ਮੇਰੇ ਕੋਲ ਪੈਸੇ ਦੇਈ ਯਾਰ। ਜਾ ਮੇਰਾ ਪੁੱਤ ਨਾ ਤਿਆਰ ਹੋ ਜਾ, ਤੇ ਜਦੋਂ ਜਾਣ ਲੱਗੇਗਾ ਨਾ ਤੇ ਮੇਰੇ ਕੋਲ ਪੈਸੇ ਲੈ ਜੀ। ਰਮਨ ਤੂੰ ਮੇਰੀਆਂ ਗੱਲਾਂ ਸਮਝਦੀ ਨਹੀਂ ਆ, ਜੇ 5-7 ਹਜ਼ਾਰ ਲਾ ਕੇ ਇਹ ਗਲੋਂ ਲੱਥ ਜੂਗਾ। ਤੂੰ ਮੇਰੀ ਗੱਲ ਸਮਝਦੀ ਨਹੀਂ ਆ, ਜੇ 5-10 ਹਜ਼ਾਰ ਰੁਪਈਆ ਲਾ ਕੇ ਇਹ ਕੰਮ ਬਣ ਜੇ ਤਾਂ ਉਹ ਤਾਂ ਤੈਨੂੰ ਨਹੀਂ ਪਤਾ ਵੀ ਲੱਖਾਂ ਰੁਪਈਆ ਦੀ ਜਾਇਦਾਦ ਬਣਾਉਣ ਡੇ ਅਸੀਂ, ਵੀ ਜੇ ਜਾਣਾ ਤਾਂ ਟਾਈਮ ਨਾਲ ਘਰ ਆਉਣਾ ਵਾਪਸ। ਚਲੋ ਠੀਕ ਆ, ਚੰਗਾ ਮੈਂ ਵੀ ਜਾਵਾਂ ਘਰ। ਹਾਂ ਚੱਲ, ਇਹਨੂੰ ਤਾਂ ਤੁਸੀਂ ਕਹਿਤਾ ਵੀ ਪੈਸੇ ਲੱਲਾ ਤਾਂ ਸ਼ਹਿਰ ਚੱਲ ਜਾ, ਇਹ ਸੋਚੋ ਵੀ ਲਵਲੀ ਹੁਣਾਂ ਨੂੰ ਆਪਣੀਆਂ ਗੱਲਾਂ 'ਚ ਕਿੱਦਾਂ ਲਿਆਉਣਾ ਵਾ, ਉਹ ਤਾਂ ਹੁਣ ਮੁੱਕਰ ਗਿਆ ਪੈਸੇ ਲੈਣ ਤੋਂ। ਰਮਨ ਇਹ ਗੱਲ ਤੂੰ ਮੇਰੇ 'ਤੇ ਛੱਡ ਦੇ, ਮੈਂ ਆਪਣੀਆਂ ਗੱਲਾਂ 'ਚ ਲੈ ਆਉਣਾ ਉਹਨਾਂ ਨੂੰ। ਆਹ ਵਧੀਆ ਹੋਇਆ ਜੀ, ਹੁਣ ਵੇਲਾ ਕਿੱਦਾਂ ਡਰ ਗਏ ਡੈਡੀ ਹੋਣੀ। ਹਾਂਜੀ ਡੈਡੀ ਆਹ ਵੇਖ ਲਾ, ਹੁਣ ਡੈਡੀ ਹੁਣੀ ਕਾਬੂ ਆਏ ਜੀ, ਪਹਿਲਾਂ ਕਿੱਥੇ ਮੰਨਦੇ ਸੀ, ਹੁਣ ਦੇਣ ਲੱਗੇ। ਆਹ ਵਧੀਆ ਹੋਇਆ, ਹੁਣ ਡੈਡੀ ਹੁਣੀ ਕਾਬੂ ਆਏ ਜੀ, ਉੱਦਾਂ ਕਿੱਥੇ ਮੰਨਣਾ ਇਹਨਾਂ ਨੇ, ਪੈਸੇ ਦੇਣੇ ਨਹੀਂ ਉੱਦਾਂ ਇਹਨਾਂ ਨੇ।
ਇੰਨਾ ਕੁ ਡਰ ਪਾ ਕੇ ਰੱਖਿਆ ਨਾ ਤਾਂ ਵਧੀਆ ਹੋ ਗਿਆ, ਉੱਦਾਂ ਇਹਨਾਂ ਮੰਨਣਾ ਨਹੀਂ ਕਰਨਾ ਮੈਨੂੰ। ਚੱਲ ਕੋਈ ਗੱਲ ਨਹੀਂ, ਰੋਜ਼ਾ ਦੱਸਣ ਡਿਆ ਮੰਮਾ। ਆਹ ਵਧੀਆ ਹੋ ਗਿਆ, ਹੁਣ ਆਏ ਡੈਡੀ ਹੁਣੀ ਕਾਬੂ, ਅੱਗੇ ਤੋਂ ਨਹੀਂ ਕਰਦਾ ਮੈਂ। ਦੋ ਪੈਸੇ ਮੈਂ ਤਾਂ ਜਾਵਾਂ। ਚੱਲ ਮੈਂ ਆਉਂਦਾ ਵਾਂ। ਗੱਡੀ ਕੀਤੀ ਸਟਾਰਟ? ਹਾਂਜੀ ਹਾਂਜੀ ਕੀਤੀ। ਚੱਲ ਮੈਂ ਆਉਂਦਾ ਫਿਰ।